ਹੈਲੋ ਫਰੈਂਡਸ ਗੱਲ ਕਰਾਂਗੇ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜਜ ਫਾਜ਼ਿਲ ਕਾਵੀ ਕੇ ਨਿਕਲੇ ਹੋਈਆਂ ਪੋਸਟਸ ਬਾਰੇ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਹੈ ਜੀ ਵੀਡੀਓ ਦੇ ਜਿਹੜੇ ਲਿੰਕ ਨੇ ਗਰੁੱਪਾਂ ਦੇ ਵਿੱਚ ਸ਼ੇਅਰ ਨਹੀਂ ਹੋ 파ਰੇ ਇਸ ਲਈ ਜਿਹੜੇ ਵਿਊਜ਼ ਨੇ ਬਹੁਤ ਘੱਟ ਆ ਰਹੇ ਨੇ ਇਸ ਦਾ ਕਾਰਨ ਇਹ ਹੈ ਵੀ ਕਈਆਂ ਨੇ ਸਬਸਕ੍ਰਾਈਬ ਤਾਂ ਕਰ ਰੱਖਿਆ ਚੈਨਲ ਉੱਪਰ ਬੈਲ ਆਈਕਨ ਨਹੀਂ ਪ੍ਰੈਸ ਕੀਤਾ ਹੋਇਆ ਘੰਟੀ ਨਹੀਂ ਦਬਾਈ ਹੋਈ ਅਗਰ ਘੰਟੀ ਨਹੀਂ ਦਬਾਓਗੇ ਤਾਂ ਕੋਈ ਵੀ ਵੀਡੀਓ ਜਿਹੜੀ ਚੈਨਲ ਤੇ ਅਪਲੋਡ ਹੋਊਗੀ ਉਹਦੀ ਜਾਣਕਾਰੀ ਤੁਹਾਡੇ ਕੋਲ ਨਹੀਂ ਪਹੁੰਚੂਗੀ ਮੈਸੇਜ ਨਹੀਂ ਆਊਗਾ ਇਸ ਲਈ ਘੰਟੀ ਦਾ ਬਟਨ ਜ਼ਰੂਰ ਦਬਾਓ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਜਦੋਂ ਕੋਈ ਵੀ ਵੀਡੀਓ ਚੈਨਲ ਤੇ ਅਪਲੋਡ ਹੋਵੇ ਉਸ ਦਾ ਮੈਸੇਜ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਏ ਠੀਕ ਹੈ ਜੀ ਜ਼ਿਆਦਾ ਦੇਰ ਨਾ ਲਾਉਂਦੇ ਹੋਏ ਵੀਡੀਓ ਸਟਾਰਟ ਕਰਦੇ ਆਂ ਪ੍ਰੋਸੈਸ ਸਰਵਰ ਕਲਾਸ 4 ਦੀਆਂ ਟੋਟਲ 16 ਪੋਸਟਾਂ ਨੇ ਜਿਨ੍ਹਾਂ ਚੋਂ ਜਨਰਲ ਦੀਆਂ 7 ਨੇ ਐਸਸੀ ਦੀਆਂ 4 ਨੇ ਬੀਸੀ ਦੀਆਂ 2 ਨੇ ਐਸਐਮ ਫਿਕਸਡ ਸੈਲਰੀ ਜਿਹੜੀ ਰਹੇਗੀ 49000 10680 ਪਲੱਸ 1800 ਦੇ ਗ੍ਰੇਡ ਪੇ ਜੋ ਰਹੇਗੀ ਕੁਆਲੀਫਿਕੇਸ਼ਨ ਦੀ ਗੱਲ ਕਰ ਲੈਣਾ ਜੀ ਜਿਹੜੀ ਕੁਆਲੀਫਿਕੇਸ਼ਨ ਹੈ 10ਵੀਂ ਪੱਧਰ ਤੱਕ ਦੀ ਪੰਜਾਬੀ ਪਾਸ ਕੀਤੀ ਹੋਵੇ ਉਹਨੇ ਤੇ ਏਜ ਹੈ ਜਿਹੜੀ 18 ਤੋਂ 35 ਸਾਲ ਦੀ ਐਜ਼ 11 2021 ਹੁਣ ਏਜ ਫੈਕਟਰ ਨਹੀਂ ਪਤਾ ਲੱਗਦਾ ਤਾਂ 11 2021 ਨੂੰ ਕਿੰਨੇ ਸਾਲ ਦੇ ਹੋ ਤੁਸੀਂ ਤਾਂ ਉਹਦੇ ਲਈ ਏਜ ਕੈਲਕੂਲੇਟਰ ਨਾਂ ਦੀ ਵੈਬਸਾਈਟ ਹੈ ਵੈਬਸਾਈਟ ਤੇ ਕਲਿੱਕ ਕਰੋ ਤੇ ਉਸ ਤੇ ਆਪਦੀ ਡੇਟ ਪਾਓ ਠੀਕ ਹੈ ਜੀ ਟੈਲੀ ਆਪਣਾ ਜਿਹੜਾ ਚੈਨਲ ਹੈ ਟੈਗ ਗਰੂ ਦਾ ਇਹ ਜੀ ਆਨਲਾਈਨ ਅਪਲਾਈ ਕਰਨ ਨਾਲ ਨਾਲ ਹੀ ਸੰਬੰਧਿਤ ਹੈ ਉਸ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬਟਨ ਉਸ ਦਾ ਵੀ ਦਬਾ ਲਿਓ ਜੀ ਨੈਕਸਟ ਗੱਲ ਕਰਦੇ ਹਾਂ ਜੀ ਪੀਐਨ ਦੀਆਂ ਕਲਾਸ 4 ਦੀਆਂ ਟੋਟਲ 25 ਪੋਸਟਾਂ ਨੇ ਵਧੀਆ ਮੌਕਾ ਹੈ ਜੀ ਇਹ ਜਨਰਲ ਦੀਆਂ 7 ਨੇ ਐਸਸੀ ਦੀਆਂ 5 ਬੀਸੀ ਦੀਆਂ 3 ਈਐਸਐਮ ਦੀਆਂ 5 ਐਸਸੀ ਈਐਸਐਮ ਦੀਆਂ 2 ਐਸਸੀ ਸਪੋਰਟਸਮੈਨ ਦੀ ਇੱਕ ਹੈਂਡੀਕੈਪ ਤੇ ਇੱਕ ਸਪੋਰਟਸਮੈਨ ਦੀ ਕੁੱਲ ਮਿਲਾ ਕੇ 25 ਪੋਸਟਾਂ ਨੇ ਜੀ ਸੈਲਰੀ ਸੇਮ ਰਹੇਗੀ ਜੀ 4900 10680 1600 ਗ੍ਰੇਡੀਆਂ ਗ੍ਰੇਡ ਵੀ ਪ੍ਰੋਸੈਸਰ ਸਰਵਰ ਵਾਲੀ ਸੇਮ ਸੈਲਰੀ ਹੈ ਇਹਦੇ ਵਿੱਚ ਕੁਆਲਿਫਿਕੇਸ਼ਨ ਘਟ ਗਈ ਜੀ ਇਹਦੇ ਵਿੱਚ ਕੁਆਲਿਫਿਕੇਸ਼ਨ ਹੈ ਜਿਹੜੀ 8ਵੀਂ ਪੱਧਰ ਤੱਕ ਦੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਪੰਜਾਬੀ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਏਜ 18 ਤੋਂ 35 ਸਾਲ ਸੇਮ ਹੈ ਬਾਕੀ ਰਿਜ਼ਰਵੇਸ਼ਨ ਹੈ अकॉर्डिंग टू ਕੈਟਾਗਰੀ ਹੋਏਗੀ ਹੁਣ ਗੱਲ ਕਰ ਲੈਨੇ ਜੀ ਐਪਲੀਕੇਸ਼ਨ ਪਰਫਾਰਮੈਂਸ ਦੀ ਐਪਲੀਕੇਸ਼ਨ ਪਰਫਾਰਮੈਂਸ ਤੁਸੀਂ ਇਨੇ ਪਰਫਾਰਮੈਂਸ ਪਰ ਚੈੱਕ ਕੇ ਹੋਣਗੇ ਕੋਈ ਦਿੱਕਤ ਨਹੀਂ ਹੋਣੀ ਫਿਰ ਵੀ ਚਲੋ ਦੇਖ ਲਓ ਇੱਕ ਵਾਰੀ ਕੈਟਾਗਰੀ ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰਨਾਗਾ ਐਪਲੀਕੇਸ਼ਨ ਫੋਰ ਦਾ ਪੋਸਟ ਆਫ ਸਾਫ ਸਾਫ ਸ਼ਬਦਾਂ ਚ ਇੱਥੇ ਲਿਖੋਗੇ ਕੈਟਾਗਰੀ ਕਿਹੜੀ ਹੈ ਜਨਰਲ ਹੈ ਐਸਸੀ ਹੈ ਬੀਸੀ ਹੈ ਜੋ ਵੀ ਕੈਟਾਗਰੀ ਹੈ ਉਹ ਦੇਖੋਗੇ ਬਲੌਕ ਲੈਟਰ ਦਾ ਮਤਲਬ ਹੈ ਤੁਹਾਨੂੰ ਕਿ ਦੱਸਿਆ ਪਹਿਲਾਂ ਵੀ ਵੀ ਕੈਪਸ ਲੈਟਰ ਹੈ ਮਤਲਬ ਕਿ ਵੱਡੇ ਅੱਖਰਾਂ ਚ ਵੱਡੇ ਅੱਖਰਾਂ ਚ ਵੀ ਸੀ ਤੇ ਜਨਾਮ ਫਾਦਰ ਨੇਮ ਪਰਮਾਨੈਂਟ ਐਡਰੈਸ ਕੋਰਪਸ ਐਂਡ ਐਡਰੈਸ ਤੇ ਡੇਟ ਆਫ ਬਰਥ ਡੇਟ ਆਫ ਬਰਥ ਦਾ ਤੁਹਾਨੂੰ ਤਰੀਕਾ ਦੱਸਦਾ ਏਜ ਕੈਲਕੂਲੇਟਰ ਵਾਲਾ ਬਾਕੀ ਟੈਗ ਗੁਰੂ ਨਾਤੇ ਚੈਨਲ ਤੇ ਵੀਡੀਓ ਪਈ ਆ ਉਹਨੂੰ ਜਾ ਕੇ ਦੇਖ ਵੀ ਲਿਓ ਬੈਲ ਆਈਕਨ ਜੂਰ ਪ੍ਰੈਸ ਕਰਕੇ ਆਇਓ ਜੀ ਉਹਦਾ ਕੁਆਲੀਫਿਕੇਸ਼ਨ ਕਿਹੜੀਆਂ-ਕਿਹੜੀਆਂ ਨੇ ਨੇਸ਼ਨਲ ਨੀਡਲੀ ਇੰਡੀਅਨ ਹੋ ਗਿਆ ਐਕਸਪੀਰੀਅੰਸ ਤੁਹਾਡੇ ਕੋਲੇ ਕਿਹੜੇ-ਕਿਹੜੇ ਸੀਗਾ ਸਪੈਸ਼ਲ ਐਬਿਟਿਊਡ ਮਤਲਬ ਕੋਈ ਕੁਝ ਅਲੱਗ ਤੋਂ ਕਰ ਸਕਦੇ ਹੋ ਕਿਹੜੇ-ਕਿਹੜੇ ਡਾਕੂਮੈਂਟ ਅਟੈਚ ਕੀਤੇ ਆ ਉਹਦੀ ਲਿਸਟ ਟੈਲੀਫੋਨ ਮੋਬਾਈਲ ਨੰਬਰ ਈਮੇਲ ਆਈਡੀ ਅੰਡਰਟੇਕਿੰਗ ਇਹਨਾਂ ਨੇ ਕਿਹਾ ਜਿਹੜੀਆਂ ਮੇਰੇ ਦੁਆਰਾ ਜਾਣ ਇਸ ਸਾਫਤ ਤੇ ਦਰਸਤ ਇਸ ਵਿੱਚ ਕੁਝ ਨਹੀਂ ਛੁਪਾਇਆ ਗਿਆ ਅਗਰ ਕੁਝ ਛੁਪਾਇਆ ਜਾਂਦਾ ਤਾਂ ਮੇਰੇ ਵਿਰੁੱਧ ਕਰ ਬਾਈ ਤੁਸੀਂ ਕਰ ਸਕਦੇ ਹੋ ਸਿਗਨੇਚਰ ਆਫ ਦ ਐਪਲੀਕੈਂਟ ਬਸ ਇਨਾ ਹੀ ਲਿਖਣਾ ਤੇ ਲਾਸਟ ਡੇਟ ਹੈ ਜਿਹੜੀ ਐਪਲੀਕੇਸ਼ਨ ਸਬਮਿਟ ਕਰਾਉਣ ਦੀ ਜੀ ਧਿਆਨ ਨਾਲ ਸੁਣ ਲਓ 5/8/2021 ਸ਼ਾਮ 5 ਵਜੇ ਤੱਕ ਮਤਲਬ ਕਿ ਅੱਜ ਤੁਸੀਂ ਵੀਡੀਓ ਦੇਖ ਰਹੇ ਹੋ ਐਲੀਜੀਬਿਲਟੀ ਬੰਦੀ ਹੈ ਤਾਂ ਸਭਾ ਅਪਲਾਈ ਕਰ ਦਿਓ ਠੀਕ ਹੈ ਜੀ ਲਾਸਟ ਡੇਟ ਦੀ ਵੇਟ ਨਾ ਕਰਿਆ ਕਰੋ ਜਿਵੇਂ ਆਪਾਂ ਪਹਿਲਾਂ ਕਹਿੰਨੇ ਆ ਐਪਲੀਕੇਸ਼ਨ ਦੇ ਲਈ ਤੁਸੀਂ ਇਨਵੈਲਪ ਦੇ ਉੱਪਰ ਲਿਖ ਦੇਣਾ ਪੋਸਟ ਐਪਲੀਕੇਸ਼ਨ ਫੋਰ ਦਾ ਪੋਸਟ ਆਫ ਫਿਰ ਉਸ ਤੋਂ ਬਾਅਦ ਐਡਰੈਸ ਆਪਣਾ ਐਡਰੈਸ ਤੋਂ ਬਾਅਦ ਮੋਬਾਈਲ ਨੰਬਰ ਸਟਾਰਟਿੰਗ ਦੇ ਵਿੱਚ ਲਿਖੋਗੇ ਤੁਸੀਂ ਟੂ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਾਜ਼ਿਲਕਾ ਐਪਲੀਕੇਸ਼ਨ ਫੋਰ ਦਾ ਪੋਸਟ ਫਿਰ ਬਾਅਦ ਚ ਲਿਖਣਾ ਇਹਨਾਂ ਯਾਦ ਰੱਖ ਲਿਓ ਠੀਕ ਹੈ ਜੀ ਬਾਕੀ ਤੁਸੀਂ ਕਈਆਂ ਨੇ ਅਪਲਾਈ ਕੀਤਾ ਹੀ ਹੋਏਗਾ ਕੋਈ ਦਿੱਕਤ ਨਹੀਂ ਆਊਗੀ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਕਿਹਾ ਡੀਏ ਡੀਏ ਸਾਰਾ ਕੁਝ ਉਹ ਆਪਾਂ ਨੂੰ ਪਤਾ ਵੀ ਨਹੀਂ ਮਿਲਦਾ ਹੁੰਦਾ ਹਾਂ ਪੀਡੀਐਫ ਫਾਈਲ ਹੈ ਜਿਹੜੀ ਇਸ ਦੀ ਤੁਹਾਨੂੰ ਜੀ ਉਹ ਸ਼ਡਿਊਲ ਦੀ ਗੱਲ ਕਰ ਲੈਣਾ ਇੰਟਰਵਿਊ ਸ਼ਡਿਊਲ ਹੈ ਜਿਹੜਾ ਜੀ ਏ ਟੂ ਐਫ ਹੈ ਜਿਹੜਾ 23 ਅੱਠ ਤੱਕ ਹੈ ਜੀ ਟੂ ਜੇ ਹੈ ਜਿਹੜਾ 24 ਅੱਠ ਤੱਕ ਕੇ ਟੂ ਉਹ 25 ਅੱਠ ਤੱਕ ਪੀ ਟੂ ਆਰ 26 ਅੱਠ ਤੱਕ ਐਸ ਟੂ ਜ਼ेड 27 ਅੱਠ ਇਹ ਜਿਹੜੀ ਇੰਟਰਵਿਊ ਦੀ ਗੱਲ ਕਰ ਰਿਹਾ ਜੀ ਇਹ ਪ੍ਰੋਸੈਸ ਸਰਵਰ ਦੀ ਗੱਲ ਕਰ ਲਿਆ ਅੱਗੇ ਇੰਟਰਵਿਊ ਹੈ ਜਿਹੜੀ ਪ੍ਰੋਸੈਸ ਪਈਆਂ ਦੀ ਏ ਟੂ ਐਫ ਜੀ ਟੂ ਜੇ ਕੇ ਟੂ ਓ ਪੀ ਟੂ ਆਰ ਐਸ ਟੂ ਜ਼ेड ਇਹ ਸਾਰੀ ਹੈ ਜੀ 31 1 2 3 6 ਮਤਲਬ ਕਿ ਇਸੇ ਤਰ੍ਹਾਂ ਹੋਏਗੀ ਠੀਕ ਹੈ ਜੀ PDF ਫਾਈਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੇਂਗੇ ਉਥੋਂ ਤੁਸੀਂ PDF ਫਾਈਲ ਜਿਹੜੀ ਡਾਊਨਲੋਡ ਕਰ ਸਕਦੇ ਹੋ Telegram ਚੈਨਲ ਜਰੂਰ ਜੁਆਇਨ ਕਰ ਲਿਓ Telegram ਚੈਨਲ ਤੇ ਕੀ ਵੀ PDF ਬਾਕੀ ਚੈਨਲ ਦੇ ਡੇਲੀ ਦੀ ਡੇਲੀ ਪੋਸਟਸ ਪੈਂਦੀਆਂ ਨੇ ਵਿਜ਼ਿਟ ਕਰ ਲਓ ਗਰੁੱਪਾਂ ਦੇ ਵਿੱਚ ਵੀਡੀਓ ਨਹੀਂ ਸ਼ੇਅਰ ਹੋ ਪਾਏਗੀ ਠੀਕ ਹੈ ਜੀ ਕਿਸੇ ਕਾਰਨ ਵਜੋਂ ਇਸ ਲਈ ਚੈਨਲ ਤੇ ਵਿਜ਼ਿਟ ਕਰ ਲਿਆ ਕਰੋ ਸਵੇਰੇ ਸ਼ਾਮ ਤੇ ਘੰਟੀ ਦਾ ਬਟਨ ਦਬਾਇਆ ਤਾਂ ਸਿੱਧਾ ਜਦੋਂ ਅਪਲੋਡ ਹੋਊਗੀ ਆਊਗੀ ਦੁਬਾਰਾ ਫੇਰ ਦੱਸਦੀ ਹੋਰ ਪੋਸਟਸ ਪਈਆਂ ਨੇ ਵਿਜ਼ਿਟ ਕਰੋ ਦੇਖੋ ਜਿਹੜੀ ਲੱਗਦਾ ਤੁਸੀਂ ਅਪਲਾਈ ਕਰ ਸਕਦੇ ਅਪਲਾਈ ਕਰੋ ਮਿਲਦੇ ਹਾਂ ਹੋਰ ਵਧਿਆਈਆਂ ਪੋਸਟਾਂ ਨਾਲ ਤਦ ਤੱਕ ਦੇ ਲਈ ਬੀ ਸੇਫ ਸਟੇ ਕਨੈਕਟਡ ਯੂ ਟੇਕ ਵੈਰੀ ਗੁੱਡ ਕੇਅਰ ਆਫ ਯੂਰ self ਬਾਏ ਬਾਏ